ਹਾਂ ਪਿਛਲੀ ਵਾਰੀ ਆਪਾਂ ਮਤਲਬ ਗਹਿਣੇ ਦੀ ਗੱਲ ਕੀਤੀ ਹੈ ਹਨਾ ਉਹ ਆਪਾਂ ਇਸ ਵਾਰੀ ਬੜਾ ਗਊ ਦੀ ਗੱਲ ਕਰ ਸਕਦੇ ਹਾਂ ਹਾਲਾਂਕਿ ਗਊ ਨੂੰ ਬਹੁਤ ਗਹਿਣੇ ਦੇ ਉਲਟ ਸੂਖਮ ਔਰ ਬੜਾ ਜਿਹੜਾ ਹੈ ਉਹ ਸੰਵੇਦਨਸ਼ੀਲ ਉਹਦੇ 'ਤੇ ਦੇਖਿਆ ਜਾਂਦਾ ਸਾਡੇ ਹੈ ਨਾ ਉਹਦੇ 'ਚ ਸਾਡੀਆਂ ਪੇਂਟਿੰਗਸ ਕਾਂਗੜਾ ਸ਼ੈਲੀ ਦੀਆਂ ਹੋਣ ਜਾਂ ਈਵਨ ਮਾਡਰਨ ਜਿਹੜਾ ਬਾਬਾ ਜੀ ਨੇ ਗਊਆਂ ਬਣਾਈਆਂ ਨੇ ਪਰ ਜਿਹੜੀਆਂ ਹੁਣ ਗਊਆਂ ਨੇ ਉਹਨਾਂ ਦੇ ਨਾਲ ਜਿਸ ਤਰੀਕੇ ਨਾਲ ਹਿੰਸਾ ਜੋੜੀ ਜਾ ਰਹੀ ਹੈ ਉਹ ਲੱਗਿਆ ਵੀ ਇੰਨੇ ਸੂਖਮ ਔਰ ਇੰਨੇ ਮਾਸੂਮ ਜਾਨਵਰ ਦੇ ਨਾਂ ਦੇ 'ਤੇ ਵੀ ਇਹੋ ਜਿਹਾ ਜਿਹੜਾ ਕਰੂਰ ਹੈ ਗੈਂਡੇ ਵਾਲਾ ਔਰ ਮੋਟੀ ਚਮੜੀ ਵਾਲਾ ਸੰਵੇਦਨਸ਼ੀਲ ਜਿਹੜਾ ਹੈ ਵੀ ਤੁਸੀਂ ਉਹ ਕਿਵੇਂ ਜੁੜ ਸਕਦਾ ਮਤਲਬ ਇਹ ਗਊ ਦੇ ਨਾਂ ਦੇ ਉੱਤੇ ਜੋ ਕੁਛ ਹੋ ਰਿਹਾ ਜੋ ਯੂਰਪ ਦੇ ਵਿੱਚ ਉਹਨੇ ਗੈਂਡੇ ਦੇ ਬਿੰਬ ਦੇ ਰਾਹੀਂ ਕਹਿਣਾ ਸ਼ੁਰੂ ਕੀਤਾ ਵੀ ਸ਼ਾਇਦ ਕੋਈ ਸਾਡਾ ਜਿਹੜਾ ਕੋਈ ਪੇਂਟਰ ਹੈ ਜਾਂ ਸਾਡਾ ਇਤਿਹਾਸਕਾਰ ਹੈ ਮੈਂ ਰਾਜਨੀਤੀ ਵਾਲਿਆਂ ਦੀ ਗੱਲ ਨਹੀਂ ਕਰਦਾ ਹੈ ਨਾ ਉਹ ਥੋੜ੍ਹਾ ਜਿਹਾ ਉਹਦੇ 'ਚ ਕਾਫੀ ਦੋਗਲਾਪਨ ਬਹੁਤ ਜ਼ਿਆਦਾ ਹੈਵੀ ਹੋ ਗਿਆ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜੋ ਹਿੰਸਾ ਔਰ ਜੋ ਕਰੂਰਤਾ ਗਊ ਦੇ ਨਾਂ ਦੇ ਉੱਤੇ ਝਾਰਖੰਡ ਤੋਂ ਲੈ ਕੇ ਮਹਾਰਾਸ਼ਟਰ ਅਤੇ ਫਿਰ ਜਿਹੜਾ ਹੈਗਾ ਮਤਲਬ ਤੁਸੀਂ ਰਾਜਸਥਾਨ ਅਤੇ ਕੋਈ ਵੀ ਜਗ੍ਹਾ ਮਤਲਬ ਘਰ ਰੇਲ ਹੈ ਨਾ ਕੋਈ ਸੜਕ ਬਾਜ਼ਾਰ ਕੁਛ ਵੀ ਜਿਹੜਾ ਹੈ ਉਹ ਹੁਣ ਤੁਹਾਡੇ ਲਈ ਮਹਿਫੂਜ਼ ਨਹੀਂ ਮਤਲਬ ਸੁਰੱਖਿਅਤ ਨਹੀਂ ਹੈ ਮਤਲਬ ਆਲਰੇਡੀ ਜਿਹੜਾ ਹੈ ਗਊ ਤੁਹਾਡੇ ਲਈ ਇੱਕ ਕਿਸਮ ਦਾ ਜਿਹੜਾ ਹੈਗਾ ਉਹ ਇੱਕ ਡਰਾਉਣਾ ਪ੍ਰੇਤ ਬਣ ਕੇ ਤੁਹਾਡੇ ਵਾਲੇ ਮਤਲਬ ਇਹ ਜਿਹੜੀ ਹਿੰਸਾ ਹੈ ਉਹ ਹਿੰਸਾ ਐਕਚੁਅਲੀ ਇੱਕ ਕਮਿਊਨਿਟੀ ਦੇ ਖਿਲਾਫ ਤਾਂ ਸਿੱਧਾ ਤਾਂ ਹੈ ਹੀ ਹੈ ਇੱਕ ਪੂਰੇ ਕਲਚਰਲ ਸਿੰਬਲ ਦੇ ਖਿਲਾਫ ਵੀ ਜਿਹੜਾ ਗਊ ਦਾ ਸਿੰਬਲ ਹੈ ਜਿਹੜੀਆਂ ਸਾਡੀਆਂ ਕਾਂਗੜਾ ਸ਼ੈਲੀ ਦੀਆਂ ਪੇਂਟਿੰਗ 'ਚ ਹੈ ਜਿਹੜਾ ਇੰਨਾ ਸੂਖਮ ਔਰ ਇੰਨਾ ਮਾਸੂਮ ਹੈ ਨਾ ਔਰ ਅਸਲ ਦੇ ਵਿੱਚ ਇਹਨਾਂ ਨੇ ਤਾਂ ਗਊ ਨੇ ਇੱਕ ਪਸ਼ੂ ਬਣਾ ਦਿੱਤਾ ਜਿਹੜਾ ਗੋਪਾਲ ਦਾ ਜਿਹੜਾ ਕੰਸੈਪਟ ਹੈ ਜਿਹੜਾ ਹੈ ਨਾ ਗੋਵਰਧਨ ਦਾ ਕੰਸੈਪਟ ਹੈ ਜਾਂ ਜਿਹੜਾ ਹੈ ਉਹ ਜਿਹੜਾ ਪੁਰਾਣਾ ਵੈਦਿਕ ਭਾਸ਼ਾ ਦੇ ਸ਼ਬਦਾਲੀ ਗਊ ਸ਼ਬਦ ਦਾ ਮਤਲਬ ਹੈ ਦ ਰੇ ਆਫ ਲਾਈਟ ਪ੍ਰਕਾਸ਼ ਦੀ ਕਿਰਨ ਵੀ ਜਿਹੜਾ ਆਪਣੇ ਰੂਹ ਦੀ ਪ੍ਰਕਾਸ਼ ਦੀਆਂ ਕਿਰਨਾਂ ਨੂੰ ਬਿਖਰਨ ਨਹੀਂ ਦਿੰਦਾ ਉਹਨਾਂ ਨੂੰ ਮਤਲਬ ਅਜਾਈ ਨਹੀਂ ਗਵਾਉਂਦਾ ਉਹਨਾਂ ਨੂੰ ਬੇਕਾਰ ਨਹੀਂ ਕਰਦਾ ਉਹਨਾਂ ਨੂੰ ਪਾਲਦਾ ਹੈ ਉਹਨਾਂ 'ਚ ਵਿਧੀ ਕਰਦਾ ਹੈ ਉਹ ਗੋਪਾਲ ਹੈ ਉਹ ਗੋਵਰਧਨ ਹੈ ਇੱਥੇ ਗਊ ਇੱਕ ਡੰਗਰ ਬਣਾ ਮਤਲਬ ਇਹ ਇੱਕ ਹਿੰਸਾ ਜਿਹੜਾ ਬੰਦਿਆਂ ਦੇ ਖਿਲਾਫ ਹੈ ਉਹਦਾ ਤਾਂ ਤੁਸੀਂ ਕੁਛ ਕਰ ਹੀ ਨਹੀਂ ਸਕਦੇ ਕਮਿਊਨਿਟੀ ਦੇ ਖਿਲਾਫ ਹੈ ਉਹਦਾ ਵੀ ਇੱਕ ਉਸ ਕਲਚਰ ਦੇ ਸਭ ਤੋਂ ਵੱਧ ਖਿਲਾਫ ਆ ਉਹਦੇ ਸਿੰਬਲਸ ਦੇ ਸਭ ਤੋਂ ਵੱਧ ਖਿਲਾਫ ਆ ਜਿਹਦੇ ਨਾਂ 'ਤੇ ਕੀਤੀ ਜਾ ਰਹੀ ਇਹ ਇੱਕ ਐਸਪੈਕਟ ਆ ਇੱਕ ਆਰਟਿਸਟ ਦੇ ਤੌਰ 'ਤੇ ਜੋ ਇਹ ਹੈ ਪਰ ਉਸ ਤੋਂ ਵੀ ਜ਼ਿਆਦਾ ਖਤਰਨਾਕ ਜਿਹੜੀ ਗੱਲ ਮੈਨੂੰ ਜਿਹੜਾ ਰਹਿੰਦਾ ਜਿਹੜੀ ਜਿਉਂਦੇ ਬੰਦੇ 'ਤੇ ਆਮ ਤੌਰ 'ਤੇ ਮੈਂ ਗੱਲ ਸੁਣਦਾ ਹੁੰਦਾ ਵੀ ਜਦੋਂ ਕਿਤੇ ਵੀ ਕੋਈ ਟੈਰਿਸਟ ਅਟੈਕ ਹੋ ਜਾਂਦਾ ਅਤੇ ਉਸ ਸਾਰੇ ਬੰਦੇ ਇਹਦੇ ਆਮ ਤੌਰ 'ਤੇ ਗੱਲ ਸੁਣਨ ਵਾਲੇ ਵੀ ਇਹ ਜਿਨ੍ਹਾਂ ਦੇ ਉੱਤੇ ਅਟੈਕ ਜਿਹੜੇ ਅਟੈਕ ਕਰ ਰਹੇ ਨੇ ਵੀ ਇਹ ਸਾਰੇ ਮੁਸਲਮਾਨ ਹੀ ਕਿਉਂ ਨੇ ਪਰ ਹੁਣ ਮੈਨੂੰ ਇੱਕ ਵੀ ਬੰਦਾ ਐਂ ਕਹਿੰਦਾ ਬੜਾ ਘੱਟ ਸੁਣਨ 'ਚ ਆ ਰਿਹਾ ਕੋਈ ਬਲ ਤਾਂ ਕੋਈ ਆ ਹੀ ਨਹੀਂ ਰਿਹਾ ਵੀ ਜਿਨ੍ਹਾਂ ਦੇ ਉੱਤੇ ਸਾਰੇ ਅਟੈਕ ਗਊ ਦੇ ਨਾਂ 'ਤੇ ਹੋ ਰਹੇ ਨੇ ਉਹ ਸਾਰੇ ਮੁਸਲਮਾਨ ਕਿਉਂ ਨੇ ਇਹ ਸਵਾਲ ਕੋਈ ਕਿਉਂ ਨਹੀਂ ਪੁੱਛ ਰਿਹਾ ਮਤਲਬ ਪੰਜਾਬ ਨੇ ਵੀ ਟੈਰਰਿਜ਼ਮ ਦੇਖਿਆ ਹੋਰ ਵੀ ਕਈ ਜਗ੍ਹਾ 'ਤੇ ਟੈਰਰਿਜ਼ਮ ਜਿਹੜੇ ਜਿਹਦੇ ਕੋਈ ਕੋਈ ਕਿਸੇ ਵੀ ਧਰਮ ਦੇ ਨਾਂ ਨਾਲ ਉਹਨੂੰ ਜੋੜ ਲੈਂਦੇ ਆ ਕਦੀ ਸਿੱਖੀ ਨਾਲ ਜੋੜ ਲੈਂਦੇ ਆ ਕਦੀ ਇਸਲਾਮ ਨਾਲ ਜੋੜ ਲੈਂਦੇ ਆ ਲੇਕਿਨ ਉਹਦੇ 'ਚ ਇੱਕ ਗੱਲ ਇਹ ਸੀ ਵੀ ਜੇ ਕੋਈ ਸੜਕ 'ਤੇ ਬੰਬ ਫਟਾਏਗਾ ਰੇਲਵੇ 'ਚ ਬੰਬ ਫਟਾਏਗਾ ਬਣਾਏਗਾ ਅਤੇ ਉਹ ਟਾਰਗੇਟਡ ਆਡੀਅੰਸ ਨਹੀਂ ਹੈ ਕਿਸੇ ਕਮਿਊਨਿਟੀ ਦੀ ਸੜਕ 'ਤੇ ਹਿੰਦੂ ਵੀ ਤੁਰੇ ਜਾ ਸਕਦੇ ਆ ਮੁਸਲਮਾਨ ਵੀ ਤੁਰੇ ਜਾ ਸਕਦੇ ਆ ਸਿੱਖ ਵੀ ਤੁਰੇ ਜਾ ਸਕਦੇ ਕਿਸੇ ਨੇ ਬੰਬ ਪਲਾਨ ਕਰਤਾ ਰੇਲਵੇ 'ਤੇ ਉਹ ਟਾਰਗੇਟਡ ਨਹੀਂ ਹੈ ਲੇਕਿਨ ਜਿਹੜਾ ਗਊ ਦੇ ਨਾਂ 'ਤੇ ਆਤੰਕਵਾਦ ਚਲਾਇਆ ਹੈਗਾ ਮੋਟੀ ਚਮੜੀ ਵਾਲਿਆਂ ਨੇ ਉਹਦਾ ਟਾਰਗੇਟ ਫਿਕਸ ਹੈ ਤੁਹਾਨੂੰ ਰਾਜਸਥਾਨ ਦੀ ਅਲਵਰ ਵਾਲੀ ਗੱਲ ਯਾਦ ਹੋਈ ਵੀ ਉਹ ਬੰਦੇ ਦੇ ਡਰਾਈਵਰ ਨੂੰ ਨਾਂ ਪੁੱਛਿਆ ਗਿਆ ਵੀ ਤੇਰਾ ਨਾਂ ਦੇ ਨਾਂ ਦੱਸਿਆ ਵੀ ਮੇਰਾ ਨਾਂ ਅਰਜੁਨ ਆ ਅਤੇ ਉਹਨੂੰ ਜਾਣ ਦਿੱਤਾ ਗਿਆ ਵੀ ਇਸ ਨੂੰ ਤੁਸੀਂ ਸਿਰਫ ਲਾਅ ਐਂਡ ਆਰਡਰ ਤੱਕ ਜਦੋਂ ਘਟਾ ਲਓਗੇ ਇਹਦਾ ਮਤਲਬ ਆ ਕਿ ਇਹ ਮਸਲਾ ਜਿਹੜਾ ਹੈ ਨਾ ਇਹ ਮੈਚ
ਮਤਲਬ ਉਹਨਾਂ ਬੰਦਿਆਂ ਦਾ ਨਹੀਂ ਹੈ ਵੀ ਜਿਹੜੇ ਉਹਨੂੰ ਇੰਪਲੀਮੈਂਟ ਕਰ ਰਹੇ ਆ, ਜਿਹੜੇ ਗਰਾਊਂਡ 'ਤੇ ਤੁਹਾਨੂੰ ਸਟੇਜ 'ਤੇ ਪ੍ਰੇ ਖੜ੍ਹੇ ਦਿਖਦੇ ਆ, ਗੱਲ ਉਹ ਵੀ ਹੈ ਜਿਹਨਾਂ ਨੇ ਉਹ ਸਕ੍ਰਿਪਟ ਲਿਖੀ ਹੈ, ਜਿਹੜੇ ਡਾਇਰੈਕਟ ਕਰ ਰਹੇ ਆ, ਜਿਹੜੇ ਇਹ ਕਹਿੰਦੇ ਆ ਵੀ ਇਹ ਦੋਨੇ ਪਾਸੇ ਦਾ ਮਾਮਲਾ, ਜਿਹੜਾ ਮਨਿਸਟਰ ਰਾਜਸਥਾਨ ਦਾ ਜਿਹੜਾ ਹੈਗਾ ਹੈ ਨਾ, ਜਾਂ ਬਾਅਦ ਦੇ ਵਿੱਚ ਉਹ ਜਿਹੜੀ ਸਾਧਵੀ ਆ ਕੇ ਆ ਉਹਨਾਂ ਦੀ, ਉਹ ਬੰਦੇ ਜਿਹੜੇ ਮਤਲਬ ਉੱਥੇ ਗ੍ਰਿਫਤਾਰ ਹੁੰਦੇ ਆ 4 ਦਿਨ 5 ਦਿਨ ਬਾਅਦ, ਜਿਹੜਾ ਹੈ ਉਹਨਾਂ ਦੀ ਤੁਲਨਾ ਆ ਕੇ ਉਹ ਭਗਤ ਸਿੰਘ ਅਤੇ ਹੋਰ ਜਿਹੜੇ ਸਾਡੇ ਨੈਸ਼ਨਲ ਟ੍ਰੈਡੀਸ਼ਨਲ ਹੀਰੋ ਲੋਕਾਂ ਦੇ ਵਿੱਚ ਜਿਹਨਾਂ ਦੀ ਛਵੀ ਹੈ ਇੱਕ ਹੀਰੋ ਦੀ, ਉਹਨਾਂ ਦੇ ਨਾਲ ਜਦੋਂ ਤੁਲਨਾ ਕਰਦੇ ਆ ਤਾਂ ਬਹੁਤ ਮਾਮਲਾ ਜਿਹੜਾ ਹੈ ਗੰਭੀਰ ਹੋ ਜਾਂਦਾ। ਮਤਲਬ ਹੁਣ ਆਖਿਰਕਾਰ ਆਪਣੇ ਪ੍ਰਧਾਨ ਮੰਤਰੀ ਨੂੰ ਬੋਲਣਾ ਪੈਂਦਾ, ਬਹੁਤ ਪਹਿਲਾਂ ਬੋਲਣਾ ਚਾਹੀਦਾ ਸੀ, ਲੇਕਿਨ 3 ਮਿੰਟ ਦੀ ਉਸ ਫੁਟੇਜ ਦੇ ਵਿੱਚ ਲਾਸਟ ਅੱਧਾ ਮਿੰਟ ਜਿਹੜਾ ਹੈ, ਫਿਰ ਵੀ ਬਹੁਤ ਮੈਂ ਉਹਨਾਂ ਦੀ ਕਹਿੰਦਾ ਵੀ ਠੀਕ ਹੈ, ਉਹ ਅੱਧਾ ਮਿੰਟ ਜਦੋਂ ਉਹਨਾਂ ਦੀ ਆਲੋਚਨਾ ਕਰਦੇ ਹਾਂ ਕਿ ਹਾਂ ਇਹ ਜਿਹੜੇ ਗਊ ਦੇ ਨਾਂ ਦੇ ਉੱਤੇ ਮਤਲਬ ਗੁੰਡਾਗਰਦੀ ਫੈਲਾ ਰਹੇ ਆ, ਵੀ ਇਹ ਹਿੰਦੁਸਤਾਨ ਦਾ ਉਹ ਨਹੀਂ, ਮਤਲਬ ਸਾਡੇ ਸਮਾਜ 'ਚ ਉਹਦੀ ਖਾਈ ਤਾਂ ਨਹੀਂ, ਲੇਕਿਨ ਉਸ ਤੋਂ ਪਹਿਲਾਂ ਦੇ ਜਿਹੜੇ 2 ਮਿੰਟ ਨੇ ਉਹ ਕਨਫਿਊਜ਼ਨ ਕ੍ਰੀਏਟ ਕਰਨ ਦੇ ਲਈ ਬਹੁਤ ਸਫੀਸ਼ੀਐਂਟ ਹੈ। ਉਹ ਪਹਿਲਾਂ ਦੇ 2 ਮਿੰਟ ਹੈ ਹੀ ਸਾਰੀ, ਮਤਲਬ ਜਿਵੇਂ ਮਤਲਬ ਗਊ ਦਾ ਜਿਹੜਾ ਸਿੰਬਲ ਹੈ, ਗਊ ਦਾ ਸਿੰਬਲ ਰਿਲੀਜੀਅਸ ਇੰਡੀਆ ਦੇ ਵਿੱਚ ਜਿਹੜਾ ਉਹ ਹਿੰਦੂਆਂ ਦੇ ਇੱਕ ਵੈਸ਼ਨਵ ਸੈਕਟ ਦੇ ਵਿੱਚ ਜ਼ਰੂਰ ਹੈ, ਔਰ ਮੈਂ ਉਸਦੀ ਪਾਇਸ ਜਾਂ ਜੋ ਵੀ ਉਹਦੀ ਇੰਪੋਰਟੈਂਸ ਆ ਉਸਨੂੰ ਕੋਈ ਘਟਾ ਕੇ ਨਹੀਂ ਦੇਖਣਾ ਚਾਹੀਦਾ, ਪਰ ਉਹ ਪੂਰੇ ਇੰਡੀਆ ਦੀ ਡਾਇਵਰਸਿਟੀ ਨੂੰ ਰੀਪਲੇਸ ਕਰਨ ਵਾਲਾ ਹੈ। ਉੱਥੇ ਤਾਂ ਜੇ ਤੁਸੀਂ ਕਹਿੰਦੇ ਵੀ ਆਪਣੇ ਹਰਿਆਣੇ ਵਾਲੇ ਖੱਟਰ ਕਾਕਾ ਜੀ ਹੈ, ਜਦ ਕਦੀ ਘੁੰਗੜ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਆ, ਉਹਨੂੰ ਇੰਡੀਅਨ ਕਲਚਰ ਨਾਲ ਜੋੜ ਲੈਂਦੇ ਆ, ਹੈਂ ਵੀ ਗਊ ਜਿਹੜੀ ਆ ਇੰਡੀਅਨ ਕਲਚਰ ਦਾ ਬਿੰਬ ਹੈ, ਅਤੇ ਫਿਰ ਜੇ ਕਲਚਰ ਇੰਡੀਅਨ ਉਹਨਾਂ ਦਾ, ਫਿਰ ਗੱਲ ਗਊ ਦੇ ਨਾਲ ਇਕੱਲਾ ਗਊ ਨਹੀਂ ਹੈ, ਗਊ ਬ੍ਰਾਹਮਣ ਵੀ ਹੈ ਉੱਥੇ। ਜੇ ਤੁਸੀਂ ਪੁਰਾਣਕ ਵੈਸ਼ਨਵਾਂ ਨੂੰ ਉਹ ਲੈ ਕੇ ਚੱਲਣਾ, ਫਿਰ ਤੁਸੀਂ ਹਿੰਮਤ ਕਰੋ, ਕਹੋ ਕਿ ਅਸੀਂ ਉਸ ਪੀਰੀਅਡ ਵੱਲ ਨੂੰ ਮੁੜਨਾ ਚਾਹੁੰਦੇ ਹਾਂ। ਜੇ ਤੁਸੀਂ ਆਪਣੀ ਫਿਕਰਲੀ ਗਊ ਨਹੀਂ ਹੈ, ਗਊ ਬ੍ਰਾਹਮਣ ਇਕੱਠੇ ਆਉਂਦੇ ਨੇ, ਫਿਰ ਕਰੋ ਹਿੰਮਤ ਕਰੋ, ਤੁਸੀਂ ਉਹਨਾਂ ਲਾ ਫੇਸ ਕਰੋ ਉਹਨੂੰ ਲਾ ਕੇ ਉਹਨਾਂ। ਪਰ ਜਿਹੜੀ ਇਹ ਦੋਹਰਾ ਦੋਗਲਾਪਣ ਜਿਹੜਾ ਹੈ ਇਹਦੇ ਪਿੱਛੇ ਬਹੁਤ ਇਹ ਬਹੁਤ ਬਹੁਤ ਜ਼ਿਆਦਾ ਐਕਸਪਲੋਜ਼ਿਵ, ਬਹੁਤ ਖਤਰਨਾਕ ਜਿਹੜਾ ਹੈ ਉਹ ਇਹਦੇ ਜਿਹੜੇ ਨਤੀਜੇ ਹੋ ਸਕਦੇ ਹੈ। ਮੁਲਕ ਜਿਹੜਾ ਹੈ ਲਗਾਤਾਰ ਇੱਕ ਜਿਹੜਾ ਹੈ ਇੱਕ ਐਸੀ ਖਾਈ, ਮਹਾਂਭਾਰਤ ਵਾਲਾ ਦੌਰ ਸ਼ਾਇਦ ਲੱਗਦਾ ਵੀ ਸਾਰਾ ਹਿੰਦੁਸਤਾਨ ਹੀ ਜਿਵੇਂ ਨਾ ਕੁਰੂਕਸ਼ੇਤਰ ਬਣਨ ਵਾਲੇ ਪਾਸੇ ਨੂੰ ਜਿਹੜਾ ਹੈ ਬੜੀ ਬੜੀ ਤੇਜ਼ੀ ਦੇ ਨਾਲ, ਆਹ ਸਹਾਰਨਪੁਰ ਵਾਲਾ ਤੁਸੀਂ ਸਾਰਾ ਦੇਖਿਆ ਹੁਣ ਲੈ ਕੇ ਹੈ ਨਾ, ਔਰ ਗਊ ਦੇ ਨਾਂ ਦੇ ਉੱਤੇ ਜਿਹੜੀ ਵਿਚਾਰੀ ਗੈਂਡਾ ਵੀ ਨਹੀਂ ਹੈ, ਹੈ ਮਤਲਬ ਗਊ ਨੂੰ ਤੁਸੀਂ ਧਿਆਨ ਨਾਲ ਦੇਖਿਆ ਹੋਵੇ, ਉਹਦੀਆਂ ਅੱਖਾਂ ਦੇਖੀਆਂ ਹੋਣ ਲੱਗ ਗਏ, ਵੈਸੇ ਤਾਂ ਗੈਂਡੇ ਦੀ ਵੀ ਕੋਈ ਉੱਦਾਂ ਦੀ ਪ੍ਰੋਬਲਮ ਨਹੀਂ ਹੈ, ਲੇਕਿਨ ਜਦੋਂ ਬੰਦਾ ਗੈਂਡਾ ਬੋਲ ਜਾਂਦਾ ਤਾਂ ਆਪਾਂ ਪ੍ਰੋਬਲਮ ਦੇਖਿਆ ਹੀ ਨਹੀਂ, ਵੀ ਪ੍ਰੋਬਲਮ ਤਾਂ ਗੈਂਡੇ 'ਚ ਨਹੀਂ ਆ, ਬੰਦੇ ਦੇ ਗੈਂਡਾ ਹੋ ਜਾਣ 'ਚ। ਪਰ ਇੱਥੇ ਉਲਟਾ ਵੀ ਗਊ ਦੇ ਨਾਂ 'ਤੇ ਜੋ ਤੁਸੀਂ ਕਰ ਰਹੇ ਹੋ ਉਹਦੇ ਨਾਲ ਤੁਸੀਂ ਗਊ ਨਹੀਂ ਹੋ ਰਹੇ, ਸਿਰਫ ਤੁਸੀਂ ਸਗੋਂ ਜਿਹੜੀ ਆਪਣੀ ਹਿੰਸਾ, ਆਪਣੀ ਨਫ਼ਰਤ, ਆਪਣੀ ਹੀਨ ਭਾਵਨਾ ਅਸਲ 'ਚ ਜਿਹੜੀ 1500 ਸਾਲ 2000 ਸਾਲ ਪਹਿਲਾਂ ਇਹ ਮਨਾਂ 'ਚ ਜ਼ਖਮ ਚੱਕੀ ਫਿਰਦੇ ਵੀ ਸਾਨੂੰ ਹਰਾਇਆ ਉਹ ਤੁਰਕਾਂ ਨੇ ਆ ਕੇ ਅਤੇ ਉਹ ਫਲਾਣਾ ਕੋਈ, ਉਹ ਜ਼ਖਮ ਹੁਣ ਇਹ ਸਾਡੇ ਵਰਤਮਾਨ ਦੇ ਉੱਤੇ ਲੱਦਣਾ ਚਾਹੁੰਦੇ, ਉਹਨਾਂ ਜ਼ਖਮਾਂ ਦੇ ਵਿੱਚੋਂ ਜਿਹੜੀ ਇਹ ਨਫ਼ਰਤ ਕ੍ਰੀਏਟ ਕਰ ਰਹੇ ਆ ਉਹਨੂੰ ਗਊ ਦੇ ਮਾਸੂਮੀਅਤ ਔਰ ਪਰਦੇ ਦੇ ਪਿੱਛੇ ਜਿਹੜਾ ਹੈ ਨਾ ਉਹ ਛੁਪਾ ਕੇ ਜਿਹੜੇ ਸਾਡੇ ਸਾਹਮਣੇ ਪੇਸ਼ ਕੀਤੀ ਜਾ ਰਹੀ ਹੈ ਇਹ। ਪਰ ਜੇ ਜਿਹੜਾ ਸਾਡਾ ਆਮ ਹਿੰਦੂ ਜਨ ਸਧਾਰਨ ਮਾਸਜ ਹੈ, ਜਿਵੇਂ ਸਧਾਰਨ ਮੁਸਲਮਾਨ ਆ ਉਹ ਆਪਣਾ ਰੋਜ਼ੀ ਰੋਟੀ ਕਮਾ ਕੇ ਆਪਣੇ ਬੱਚਿਆਂ ਨੂੰ ਪਾਲਣਾ ਉਹਨਾਂ ਦੇ ਉਹਦੇ ਵਿੱਚ ਉਹਦੀ ਦਿਲਚਸਪੀ ਆ, ਉਵੇਂ ਹੀ ਆਮ ਹਿੰਦੂ ਦੀ ਵੀ ਹੈ। ਪਰ ਜਿਹੜੇ ਹਿੰਦੂ ਸਿੰਬਲਸ ਨੂੰ ਡਿਸਟੋਰਟ ਕਰਕੇ ਛੁਟਿਆ ਕੇ ਕਿੱਥੇ ਸੂਰਜ ਦੀ ਪ੍ਰਕਾਸ਼ ਦੀ ਇੱਕ ਕਿਰਨ ਤੋਂ ਇੱਕ ਉੱਥੇ ਤੱਕ ਰਿਡਿਊਸ ਕਰਕੇ ਫਿਰ ਉਹਦੇ ਪਿੱਛੇ ਵੀ ਉਹਦੇ ਵਿੱਚ ਵੀ ਲਪੇਟ ਕੇ ਆਪਣੀ ਹਿੰਸਾ ਨੂੰ, ਜਦੋਂ ਇਹ ਹਿੰਦੂ ਹਿੰਦੁਸਤਾਨ ਦੇ ਜਿਹੜੇ ਹੈ ਉਹ ਸਮਝਣ ਲੱਗ ਜਾਣਗੇ, ਜਿਵੇਂ ਪੰਜਾਬ ਦੇ ਬਹੁਤ ਵੱਡੀ ਸਿੱਖ ਮੈਜੋਰਿਟੀ ਨੇ ਕੁਛ ਸਮੇਂ ਬਾਅਦ ਇਹ ਸਮਝਿਆ ਕਿ ਜਿਹੜੇ ਇਹ ਖਾਲਿਸਤਾਨ ਦੀ ਗੱਲ ਕਰਨ ਵਾਲੇ ਹੈ ਜਾਂ ਸਿੱਖ ਲੈਂਡ ਦੀ ਗੱਲ ਕਰਨ ਵਾਲੇ ਆ ਜਾਂ ਸਿੱਖ ਐਕਸਕਲੂਸਿਵਿਟੀ ਔਰ ਵਾਇਲੈਂਟ ਰੂਪ ਦੇ ਵਿੱਚ ਜਿਹੜਾ ਹੈ ਵੀ ਉਹ ਨਾ ਸਿੱਖੀ ਦੇ ਰੀਪ੍ਰਜੈਂਟੇਟਿਵ ਨੇ ਨਾ ਉਹ ਡੈਮੋਕ੍ਰੈਟ ਨੇ ਜਿੰਨੇ ਮਰਜ਼ੀ ਦਾਅਵੇ ਕਰੇ, ਜਦੋਂ ਇਹ ਗੱਲ
ਹਿੰਦੂ ਆਮ ਜਨ ਸਧਾਰਨ ਨੂੰ ਵੀ ਸਮਝ ਆ ਜਾਊਗੀ ਨਾ ਕਿ ਭਾਈ ਵੀ ਜੇ ਅੱਜ ਕੋਈ ਜਿਹੜਾ ਮੁੰਡਾ ਮਾਰਿਆ ਜਾ ਰਿਹਾ ਮਤਲਬ ਆ ਬੱਲਭਗੜ ਦੇ ਵਿੱਚ ਗਊ ਦੇ ਨਾਂ 'ਤੇ ਜਿਹਦੇ ਕੋਲ ਚਾਰੇ ਕੋਲ ਕੁਛ ਹੈ ਵੀ ਨਹੀਂ ਹੈ ਫਿਰ ਉਹ ਕੁਛ ਬੰਦਿਆਂ ਨੂੰ ਜੇਲ੍ਹ 'ਚ ਸੁੱਟ ਦਿੰਦੇ ਤੁਸੀਂ ਉਹਨੂੰ ਲੈ ਕੇ ਵੀ ਕਿਉਂਕਿ ਮਤਲਬ ਪਾਕਿਸਤਾਨ ਮੈਚ ਜਿੱਤਿਆ ਹਾਂਜੀ ਅਤੇ ਉਹ ਪਾਕਿਸਤਾਨ ਮੈ ਉਹਨਾਂ ਨੇ ਉਹਨੂੰ ਉਹ ਕੀਤਾ ਵੀ ਪਟਾਕੇ ਵਜਾਇਓ ਹਾਲਾਂ ਕਿਸੇ ਨੂੰ ਨਹੀਂ ਪਤਾ ਕਿਸੇ ਨੇ ਪਿੰਡ 'ਚ ਪਟਾਕੇ ਵਜਾਏ ਮਤਲਬ ਜੇ ਐਂ ਗੱਲ ਆ ਤਾਂ ਵੀ ਸਾਡੇ ਗਵਾ ਸੁਨੀਲ ਗਵਾਸਕਰ ਸਾਹਿਬ ਉਹ ਤਾਂ ਮਤਲਬ ਬੈਠੇ ਟੀ ਵੀ ਦੇ ਉੱਤੇ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਮੀਆਂ ਦਾਦ ਸਾਹਿਬ ਨੂੰ ਤਾਂ ਸਾਰੇ ਕੁਝ ਦੇ ਰਹੇ ਉਹ ਜਿਹੜੀਆਂ ਦੇਣੀਆਂ ਚਾਹੀਦੀਆਂ ਔਰ ਮੈਂ ਹੁਣ ਦਿੰਦਾ ਮਤਲਬ ਇਹ ਆਮ ਹਿੰਦੂਆਂ ਨੂੰ ਜਿੰਨੀ ਦੇਰ ਤੱਕ ਇਹ ਸੋਚਣਾ ਪਏਗਾ ਨਾ ਕਿ ਭਾਈ ਦੋ ਸਵਾਲ ਇਹ ਪੁੱਛਣਾ ਲੱਗ ਕੇ ਹਾਲਾਂਕਿ ਕੱਲ੍ਹ ਉਹਨਾਂ ਨੇ ਕਿਹਾ ਬੀਜੇਪੀ ਦੇ ਮੈਂ ਲੀਡਰ ਦਾ ਕਿਸੇ ਦਾ ਨਾਂ ਭੁੱਲ ਗਿਆ ਵੀ ਇਹ ਜਿਹੜੇ ਗਊ ਰਕਸ਼ਕ ਨੇ ਵੀ ਇਹਨਾਂ ਨੂੰ ਕਿਸੇ ਹਿੰਦੂ ਧਰਮ ਨਾਲ ਜਾਂ ਕਿਸੇ ਧਰਮ ਨਾਲ ਨਹੀਂ ਜੋੜਨਾ ਚਾਹੀਦਾ ਬਹੁਤ ਅੱਛੀ ਗੱਲ ਆ ਮੈਂ ਵੀ ਕਹਿੰਦਾ ਵੀ ਇਹ ਹਿੰਦੂ ਧਰਮ ਦਾ ਹੈ ਹੀ ਨਹੀਂ ਮਸਲਾ ਹੀ ਨਹੀਂ ਹੈ ਇਹ ਸਿਰਫ ਆਤੰਕਵਾਦ ਦਾ ਮਸਲਾ ਹੈ ਉਹਨਾਂ ਨੂੰ ਇਹ ਵੀ ਗੱਲ ਕਰਨੀ ਚਾਹੀਦੀ ਹੈ ਵੀ ਇਸਲਾਮ ਦੇ ਨਾਂ ਦੇ ਉੱਤੇ ਵੀ ਜਿਹੜਾ ਆਤੰਕ ਲਾਇਆ ਜਾਂਦਾ ਉਹਨੂੰ ਵੀ ਇਸਲਾਮ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਔਰ ਦੂਸਰੀ ਸਵਾਲ ਇਹ ਆਮ ਨੂੰ ਹਿੰਦੂਆਂ ਨੂੰ ਹੁਣ ਇਹ ਸੋਚਣੀ ਚਾਹੀਦੀ ਆ ਕਿ ਜਿਵੇਂ ਉਹ ਆਮ ਉਹਨੇ ਦਲੀਲ ਬਣਾ ਲਈ ਸੀ ਕਿ ਸਾਰੇ ਟੈਰਰਿਸਟਾਂ ਦੇ ਅਟੈਕ ਦੇ ਪਿੱਛੇ ਸਾਰੇ ਜਿਹੜੇ ਚਿਹਰੇ ਆਉਂਦੇ ਆ ਜਾਂ ਨਾਮ ਉੱਭਰ ਕੇ ਆਉਂਦੇ ਆ ਵੀ ਉਹ ਮੁਸਲਿਮ ਨਾਮ ਸਾਊਂਡ ਕਰਨ ਵਾਲੇ ਕਿਉਂ ਨੇ ਹੁਣ ਉਹਨਾਂ ਨੂੰ ਵੀ ਇਹ ਸਵਾਲ ਪੁੱਛਣਾ ਚਾਹੀਦਾ ਵੀ ਗਊ ਦੇ ਨਾਂ 'ਤੇ ਜਿਹਨਾਂ ਨੂੰ ਆਤੰਕ ਦਾ ਸ਼ਿਕਾਰ ਬਣਾਇਆ ਜਾ ਰਿਹਾ ਵੀ ਉਹ ਸਾਰੇ ਮੁਸਲਿਮ ਨੇਮ ਕਿਉਂ ਨੇ ਵਾਏ ਔਰ ਇਹ ਕਿਸੇ ਦੇ ਉੱਤੇ ਆਸਾਨੀ ਅਗਰ ਤੁਸੀਂ ਆਪਣੀ ਸੰਵੇਦਨਾ ਬਚਾਉਣੀ ਆ ਮਤਲਬ ਜੇ ਤੁਸੀਂ ਦੇਖਣਾ ਵੀ ਕਿ ਤੁਸੀਂ ਸੱਚੀ ਹਾਲ ਤੱਕ ਗਊ ਹੀ ਹੋ ਤੁਸੀਂ ਗੈਂਡੇ ਨਹੀਂ ਹੋਏ ਹਾਂਜੀ ਤੁਸੀਂ ਗੈਂਡੇ ਨਹੀਂ ਹੋਏ ਹੈ ਨਾ ਜੇ ਤੁਸੀਂ ਮਤਲਬ ਜਿਹੜੀ ਗੋਪਾਲ ਦੀ ਗਊ ਦੀ ਗੱਲ ਕਰਨੀ ਹੈ ਜਿਹੜੀ ਸੂਖਸ਼ਮਤਾ ਦੀ ਮਾਸੂਮੀਅਤ ਦੀ ਗੱਲ ਹੈ ਤਾਂ ਫਿਰ ਤੁਹਾਨੂੰ ਇਹ ਸਵਾਲ ਪੁੱਛਣਾ ਪਏਗਾ ਕਿ ਜਿਹੜੇ ਗਊ ਦੇ ਨਾਂ 'ਤੇ ਜੋ ਕਰਨ ਵਾਲੇ ਹੈ ਉਹ ਕਿਸੇ ਧਰਮ ਨਾਲ ਨਹੀਂ ਜੁੜੇ ਹੋਏ ਘੱਟੋ ਘੱਟ ਹਿੰਦੂ ਧਰਮ ਨਾਲ ਜਾਂ ਦਾ ਦਾਅਵਾ ਕਰਨ ਦਾ ਜਾਂ ਹਿੰਦੁਸਤਾਨ ਦੇ ਪੂਰੇ ਕਲਚਰ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਕਰਨ ਦਾ ਜਿਹੜੇ ਖੱਟਰ ਹੋਣੀ ਤਾਂ ਉਹ ਜਾਂ ਹੋਰ ਉਹਨਾਂ ਕਿ ਇਹ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਇਹ ਬਲਰਾਮ ਦੇ ਕਹਿਣ ਨਾਲ ਕੁਛ ਨਹੀਂ ਹੋਣਾ ਤਾਂ ਬੜੇ ਆਰਾਮ ਨਾਲ ਕਹਿ ਦੇਣ ਕਿ ਬਲਰਾਮ ਤਾਂ ਪਤਾ ਨਹੀਂ ਕੀ ਹੈ ਨਾ ਲੇਕਿਨ ਜਿਹੜੇ ਮਤਲਬ ਹਿੰਦੂ ਨੇ ਔਰ ਆਪਣੇ ਆਪ ਨੂੰ ਉਹਦੇ ਨਾਲ ਜੁੜੀਆਂ ਰਹਿਣਾ ਚਾਹੁੰਦੇ ਹੋ ਉਹ ਹਿੰਦੂਆਂ ਦੀਆਂ ਜੋ ਪ੍ਰਤੀਕ ਨੇ ਜੋ ਚਿੰਨ੍ਹ ਨੇ ਚਾਹੇ ਉਹ ਗਊ ਹੈ ਚਾਹੇ ਉਹ ਗੋਵਰਧਨ ਹੈ ਚਾਹੇ ਗੋਪਾਲ ਹੈ ਉਹਨਾਂ ਨੂੰ ਉਹਨਾਂ ਦੀ ਸੂਖਸ਼ਮਤਾ ਔਰ ਗਹਿਰਾਈ 'ਚ ਜਾ ਕੇ ਇਹ ਇਹਨਾਂ ਹਥਿਆਰਿਆਂ ਤੋਂ ਜਿਹੜੇ ਸਿਰਫ ਬੰਦਿਆਂ ਨੂੰ ਨਹੀਂ ਮਾਰ ਰਹੇ ਉਹਨਾਂ ਪ੍ਰਤੀਕਾਂ ਦੀ ਵੀ ਹੱਤਿਆ ਕਰ ਰਹੇ ਉਹ ਉਹਨਾਂ ਨੂੰ ਪਛਾਣਨਾ ਪਏਗਾ ਅਤੇ ਆਪਣੀ ਗੱਲ ਜਿਹੜੀ ਹੈ ਉਹ ਮੈਨੂੰ ਲੱਗਦਾ ਅੱਜ ਕੁਝ ਜ਼ਿਆਦਾ ਸੀਰੀਅਸ ਗੱਲਾਂ ਹੋ ਗਈਆਂ ਪਰ ਮਾਮਲਾ ਹੈ ਬਹੁਤ ਜ਼ਿਆਦਾ ਆਲਰੇਡੀ ਸੀਰੀਅਸ ਹੋ ਚੁੱਕਾ ਆਲਰੇਡੀ ਸੀਰੀਅਸ ਹੋ ਚੁੱਕਾ ਨਹੀਂ